ਅੱਛਾ ਜੀ ਸੋ ਨਿੱਕੂ ਭਾਜੀ ਤੁਹਾਡੇ ਤੋਂ ਸ਼ੁਰੂ ਕਰਦੇ ਆ, ਤੁਹਾਨੂੰ ਕਿਹੋ ਜਿਹੀ ਲੱਗੀ ਹੈ ਪਰਫਾਰਮੈਂਸ? ਮੇ ਰੁਪਨੀਤ ਹਮੇਸ਼ਾ ਅੱਛਾ ਗਾਉਂਦੀ ਹੈ, ਲੇਕਿਨ ਮੈਨੂੰ ਪਤਾ ਨਹੀਂ ਕਿਉਂ ਅੱਜ ਇਦਾਂ ਲੱਗਿਆ ਜਿਵੇਂ ਇਹਦੇ ਪ੍ਰੋਪਰ ਜਿਹੜੇ ਸੁਰ ਨੇ ਨਾ ਉਹ ਗਾਣੇ ਦੇ ਨਾਲ ਖਹਿ ਖਹਿ ਕੇ ਨਹੀਂ ਆ ਰਹੇ, ਸੁਰਾਂ ਤੋਂ ਉੱਤਰ ਉੱਤਰ ਕੇ ਗਾ ਰਹੀ ਹੈ ਸਾਰੇ ਗਾਣੇ ਦੇ ਵਿੱਚ। ਪਰ ਤੂੰ ਪਰਫਾਰਮਰ ਅੱਛੀ ਹੈ, ਐਕਸਪ੍ਰੈਸ਼ਨ ਅੱਛੇ ਕਰਦੀ ਹੈ, ਕੋਈ ਗੱਲ ਨਹੀਂ, ਬੈਸਟ ਆਫ ਲੱਕ। ਥੈਂਕ ਯੂ ਸਰ। ਇੰਨਾ ਮਾੜਾ ਨਹੀਂ ਸੀ ਜਿੰਨਾ ਤੂੰ ਮੂੰਹ ਲਟਕਾ ਲਿਆ ਵੈਸੇ। ਖੁਸ਼ ਰਿਹਾ ਕਰੋ, ਕੋਈ ਗੱਲ ਨਹੀਂ, ਗੋਡ ਬਲੈਸ ਯੂ। ਅੱਛਾ ਸੀ ਰੁਕਨੀਤ, ਪਰ ਤੁਸੀਂ ਬਹੁਤ ਅੱਛਾ ਹੋਰ ਵਧੀਆ ਕਰ ਸਕਦੇ ਹੋ ਜਿੱਥੇ ਤੱਕ ਮੈਨੂੰ ਲੱਗਦਾ, ਮਤਲਬ ਉਹਨਾਂ ਨੈਕਸਟ ਟਾਈਮ ਹੋਰ ਬੈਟਰ ਕਰੋ। ਇਹਦੇ ਵਿੱਚ ਉਦਾਸ ਹੋਣ ਵਾਲੀ ਗੱਲ ਨਹੀਂ ਹੈਗੀ ਪੁੱਤ, ਇਹ ਤਾਂ ਤੁਹਾਡੀ ਬਿਹਤਰੀ ਵਾਸਤੇ ਦੱਸ ਰਹੇ ਹਾਂ ਵੀ ਜਿਹੜੀ ਥੋੜ੍ਹੀ ਬਹੁਤੀ ਕਮੀ ਪੇਸ਼ੀ ਹੈਗੀ ਆ ਉਹ ਆਪਾਂ ਦੱਸ ਦੇ ਵੀ ਆਹ ਕਮੀ ਦੂਰ ਕਰ ਲਓ, ਫਿਰ ਵਧੀਆ ਹੋ ਜਾਂਦਾ ਸਾਰਾ ਕੁਛ, ਹੈ ਨਾ। ਲਵ ਯੂ ਬੇਟਾ। ਤਕਰੀਬਨ ਸਾਰਿਆਂ ਨੇ ਸਾਰੀਆਂ ਗੱਲਾਂ ਕਹਿਤੀਆਂ, ਉੱਤੇ ਗੌਰ ਕਰੋ, ਖੁਸ਼ ਰਹੋ, ਕੋਈ ਗੱਲ ਨਹੀਂ, ਗੋਡ ਬਲੈਸ ਯੂ, ਗੋਡ ਬਲੈਸ ਯੂ। ਥੈਂਕ ਯੂ ਸੋ ਮਚ ਅਜੀਜ਼।